ਕੇਜਰੀਵਾਲ ਗ੍ਰਿਫਤਾਰ ਹੋਇਆ ਤਾਂ ਉਹ ਕੀ ਲੈਣਾ ਹੋਇਆ, ਉਹਦੀਆਂ ਕਰਤੂਤਾਂ ਤੋਂ ਹੋਇਆ, ਅਸੀਂ ਕੀ ਲੈਣਾ ਕੇਜਰੀਵਾਲ ਤੋਂ ਕੀ ਲੈਣਾ, ਸਾਨੂੰ ਨੇ ਦੁੱਧ ਦੇਣਾ ਸਾਨੂੰ ਨਹੀਂ, ਅਸੀਂ ਹਾਲਾਂਕਿ ਵੋਟਾਂ ਸੀ ਵੀ ਪਾਈਆਂ ਇਹਨਾਂ ਨੂੰ, ਪਰ ਨਹੀਂ ਇਹਨਾਂ ਨੇ ਕੁਛ ਨਹੀਂ ਕੀਤਾ। ਅਨਮੋਲ ਨੂੰ ਕੋਈ ਵੇਖਦੇ ਨਹੀਂ ਤੁਸੀਂ? ਠੀਕ, ਉਹਦੇ ਡਰਾਮੇ ਡਰੂਮੇ ਦੇਖ ਨਾ, ਮੇਰਾ ਨਾਨਕਾ ਹਲਕਾ, ਮੇਰੇ ਨਾਨਕੇ ਨੇ ਨਾਨਕੇ ਤੋਂ ਪਹਿਲਾਂ ਕਿੱਥੇ ਰਿਹਾ, ਇੰਨਾ ਜਾਈ ਤਾਂ ਵੇਖਿਆ ਨਹੀਂ। ਹਾਂ, ਪਿਕਚਰਾਂ ਪੁਕਚਰਾਂ ਵੇਖੀ ਰਿਹਾ, ਸੌਂਦਾ ਬਹੁਤ ਆ, ਇਸ ਕਰਕੇ ਹੋ ਸਕਦਾ ਭੁੱਲ ਭੁਲੇਖੇ ਨੂੰ ਵੋਟ ਪਾ ਦਈਏ। ਬਾਕੀ ਇਹ ਲੀਡਰ ਲੂਡਰ ਤਾਂ ਸਾਰੇ ਰੱਬ ਦਾ ਨਾਂ ਹੀ ਆ, ਚੋਪੀ ਪਲੀ ਆ, ਕਿਸੇ ਨੂੰ ਲੈ ਲਓ। ਕਹਿੰਦੇ ਨੇ ਕਿ ਪ੍ਰਤਾਪ ਬਾਜਵਾ ਸਾਨੂੰ ਕਹਿੰਦੇ ਆ ਕਿਹੋ ਜਿਹਾ ਮਟੀਰੀਅਲ ਆ ਗਿਆ, ਇਹ ਸਾਨੂੰ ਨੀਵਾਂ ਸਮਝਦੇ ਆ, ਤਾਂ ਕਰਕੇ ਅਸੀਂ ਜਵਾਬ ਦਿੰਦੇ ਹਾਂ। ਹੈਗੇ ਹੀ ਨੀਵੇਂ ਆ ਤੁਸੀਂ, ਕੱਲ੍ਹ ਦੇ ਜਵਾਕ ਉੱਠ ਕੇ ਮੱਤਾਂ ਦਿੰਦੇ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਉਮਰ ਲੰਘਾ ਲਈ। ਬਾਜਵੇ ਨੂੰ ਕੀ ਸਮਝਦੇ ਆ ਇਹ? ਬਾਜਵਾ ਮੁੱਖ ਮੰਤਰੀ ਦਾ ਅਹੁਦੇਦਾਰ ਸੀ, ਵਿਰੋਧੀ ਧਿਰ ਦਾ ਨੇਤਾ, ਉਹ ਉਂਗਲਾਂ ਕਰ ਕਰਕੇ ਉਹਨਾਂ ਨੂੰ ਕਹਿੰਦੇ ਅੱਖਾਂ 'ਚ ਅੱਖਾਂ ਪਾਓ, ਲੌਕ ਲਜਾਣਾ ਇਹ ਮੁੱਖ ਮੰਤਰੀ ਦਾ ਕੰਮ ਹੈ, ਲੌਕ ਲੈ ਕੇ ਜਾਣਾ ਉੱਥੇ ਵਿਧਾਨ ਸਭਾ, ਲੌਕ ਲਾਓ ਜੀ ਤੁਸੀਂ। ਨਵੇਂ ਉਹਨਾਂ ਨੇ ਵਿਆਹ ਕਰਾਉਣ ਵਾਸਤੇ ਬਣੇ ਸੀਗੇ, ਕਿ ਉਹਨਾਂ ਦੀ ਸ਼ਾਦੀਆਂ ਸਾਰਿਆਂ ਨੇ ਕਰਵਾਲੀਆਂ, ਜਿਹਨਾਂ ਦੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਹੁੰਦੀਆਂ ਸੀ, ਬਾਕੀ ਜਿਹੜੇ ਹੋਰ ਸੀਗੇ ਉਹਨਾਂ ਦੀਆਂ ਘਰੋਂ ਭੱਜ ਗਈਆਂ ਉਦੋਂ ਦੇ ਬਾਅਦ। ਇਹ ਇਹਨਾਂ ਦੇ ਵੀ ਘਰ ਵਾਲੀ ਛੱਡ ਗਈ ਨਾ, ਅਤੇ ਇਹਨਾਂ ਨੂੰ ਇੱਕ ਵਿਆਹ ਕਰਾਉਣ ਦਾ ਸਰ ਮੰਗ ਰੱਖਣੀ ਸਰਕਾਰ ਤੋਂ? ਨਹੀਂ ਜੀ, ਅਸੀਂ ਹੱਥ ਜੋੜ ਕੇ ਆਉਂਦੇ ਹਾਂ ਵੀ ਜਿਹੜਾ ਅਸੀਂ ਕੁਛ ਵੇਖ ਲਿਆ ਅਸੀਂ ਦੁਬਾਰਾ ਨਹੀਂ ਕਰਵਾਉਂਦੇ। ਤਾਂ ਹੁਣ ਇਹ NSA CM ਮਾਨ ਪੰਜਾਬ ਸਰਕਾਰ ਨੇ ਲਾਇਆ, ਕਿਵੇਂ ਦੇਖਦੇ ਹੋ ਇਹ ਜੇ ਫੈਸਲੇ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਰਕਾਰ ਕੋਈ ਨਹੀਂ, ਜਿੰਨਾ ਚਿਰ ਮੋਦੀ ਰਹੂਗਾ ਪੰਜਾਬ ਦਾ ਬੇੜਾ ਗਰਕ ਕਰ ਦੂਗਾ, ਇਹ ਜਿਹੜੇ ਹਿੰਦੂ ਸਿੱਖ ਦਾ ਗੱਠਜੋੜ ਹੈ ਨਾ ਇਹਦੇ 'ਚ ਫਰਕ ਪਾ ਦੂਗਾ, ਬਸ ਇੱਥੇ ਅਖੀਰਲੀ ਗੱਲ ਮੁਕਾ ਦੇ। ਜਿਹੜੇ ਮਾਸਟਰਾਂ ਨੂੰ ਕਹਿੰਦਾ ਸੀ ਮੇਰਾ ਪਿਓ ਮਾਸਟਰ ਸੀ, ਮੈਂ ਮਾਸਟਰਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮਨਜ਼ੂਰ ਕਰੂੰਗਾ, ਉਹ ਮਾਸਟਰ ਕੁੱਟੇ, ਉਹਨਾਂ ਦੇ ਕੱਪੜੇ ਪਾੜੇ, ਪੱਗਾਂ ਲਾਈਆਂ, ਸਾਡੀਆਂ ਜਿਹੜੀਆਂ ਟੀਚਰ ਲੜਕੀਆਂ ਸੀ ਬੇਇੱਜ਼ਤ ਕੀਤੀਆਂ, ਸਭ ਤੋਂ ਲਾਰੇਬਾਜ਼, ਸਭ ਤੋਂ ਝੂਠਾ, ਸਭ ਤੋਂ ਨਿਕੰਮਾ ਮੁੱਖ ਮੰਤਰੀ ਮੈਂ ਆਪਣੀ ਜ਼ਿੰਦਗੀ 'ਚ ਪਹਿਲਾ ਮੁੱਖ ਮੰਤਰੀ ਵੇਖਿਆ ਜਿਹੜਾ ਕਿ ਸਭ ਤੋਂ ਨਿਕੰਮਾ ਸਾਬਤ ਹੋਇਆ, ਜਿਹਨੂੰ ਬੋਲਣ ਦਾ ਹੀ ਨਹੀਂ ਪਤਾ। ਪਤਾ ਨਹੀਂ ਇਹ ਗੱਲਾਂ ਕੀ ਕਹਿ ਜਾਂਦੇ, ਪੀਤੀ ਖਾਧੀ ਜੇ ਵਿੱਚ ਸਾਨੂੰ CM ਇਹੋ ਜਿਹੇ ਨਹੀਂ ਚਾਹੀਦੇ, ਅਤੇ ਵਧੀਆ CM ਚਾਹੀਦੇ, ਇਹ ਨਹੀਂ ਵੀ ਸਾਨੂੰ ਨਗਲਾਂ ਹੀ ਨਹੀਂ ਸੁਣੀਆਂ ਚਾਹੀਦੀਆਂ ਗੱਲੀਆਂ, ਅਸੀਂ ਜਾਣੇ ਵੀ ਇਹ ਸਾਨੂੰ ਕੋਈ ਕੰਮ ਕਰਨ ਵਾਲਾ CM ਹੋਵੇ, ਜਿਵੇਂ ਇਹ CM ਇਹੋ ਜਿਹੇ ਨਹੀਂ ਚਾਹੀਦੇ। ਇਸ ਹਲਕੇ ਦੀਆਂ ਕੀ ਮੰਗਾਂ ਨੇ, ਕੋਈ ਪਾਣੀ ਦੀ ਲੋੜ ਆ ਕੀ ਇਹਨਾਂ ਨੇ, ਕੀ ਸਵਾਹ ਦੇਣੀ ਆ, ਕੋਈ ਮੰਗ ਨਹੀਂ, ਉਹਦੇ ਬੱਚੇ ਪਾਲੋ, ਇਹ ਜਿੰਨੇ ਲੀਡਰ ਆ ਸਭ ਬੇਵਕੂਫ ਬਣਾਉਂਦੇ ਆ। ਮੁਹੰਮਦ ਸਦੀਕ ਇੱਥੇ ਆਇਆ, ਉਹਦੀ ਜਨਾਨੀ ਨੇ ਮੈਨੂੰ ਜੱਫੀ ਪਾਈ, ਅਸੀਂ ਆ ਬੜਾ ਤਕੜਾ ਕਲਾਕਾਰ ਆ, ਵੋਟਾਂ ਪਾਈਆਂ, ਇੱਕ ਵਾਰੀ ਵੀ ਉਹਨੇ ਗੇੜਾ ਨਹੀਂ ਮਾਰਿਆ, ਜੇ ਜਗਮੀਤ ਬਰਾੜ ਨੂੰ ਕਿਸੇ ਟਾਈਮ ਜਿਤਾਇਆ ਉਹਨੇ ਗੇੜਾ ਨਹੀਂ ਮਾਰਿਆ, ਕੱਖ ਨਹੀਂ ਕਰਦੇ, ਉਹਦੇ ਘਰ ਸੰਭਾਲੀ ਜਾਂਦੇ, ਘਰ ਭਰਨ ਡੇ ਆ। ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਵੇਖਦੇ ਹੋ? ਵਿਰੋਧੀਆਂ ਨੇ ਬੜਾ ਰੌਲਾ ਪਾਇਆ ਕਿ ਉੱਥੇ ਹੁਣ ਜਾ ਕੇ ਧਰਨੇ ਦੇਈ ਜਾਂਦੇ ਆ ਸਾਡੇ ਮੰਤਰੀ, ਵੀ ਪੰਜਾਬ ਦੇ ਲੋਕਾਂ ਦੇ ਕੰਮ ਮੁੱਕ ਗਏ, ਤੁਸੀਂ ਲੀਡਰ ਬਚਾਉਣ ਲੱਗੇ ਹੋਏ। ਨਹੀਂ ਜੀ, ਉਹ ਤਾਂ ਵਧੀਆ ਕੀਤਾ, ਕਿਉਂਕਿ ਉਹ ਗ੍ਰਿਫਤਾਰ ਕਰਨਾ ਬਣਦਾ ਸੀ, ਕਿਉਂਕਿ ਉਹਨੇ ਬਹੁਤ ਵੱਡੇ ਘਪਲੇ ਕੀਤੇ ਆ ਸ਼ਰਾਬ ਘੁਟਾਲੇ ਦੇ ਵਿੱਚ। ਅਕਾਲੀ ਭਾਜਪਾ ਦਾ ਪਹਿਲਾਂ ਗੱਠਜੋੜ ਦੀ ਚਰਚਾ ਸੀ, ਅੱਜ ਅੱਜ ਜਾਖੜ ਕਹਿੰਦੇ ਵੀ ਅੱਜ ਅਸੀਂ ਅੱਡ ਅੱਡ ਲੜਾਂਗੇ। ਜਾਖੜ ਨੇ ਕੀ ਖੱਟਿਆ, ਉਹਦਾ ਦਾਦਾ ਕਾਂਗਰਸੀ ਸੀ, ਪਿਓ ਕਾਂਗਰਸੀ ਸੀ, ਇਹ ਸੀ ਪਾਰਟੀ ਛੱਡ ਕੇ ਉੱਧਰ, ਜੇ ਪਾਰਟੀ ਛੱਡ ਗਿਆ ਤਾਂ ਮੈਂ ਵੋਟਾਂ ਲਊਂਗਾ ਉਹਨੂੰ, ਉਹਦੇ ਮਗਰ ਪਾਉਂਦਾ MSP ਮੈਂ ਦਵਾਉਂਗਾ ਤੁਹਾਨੂੰ ਸੈਂਟਰ ਕੀ ਲੈਣਾ ਸੀ। ਸਭ ਮੋਦੀ ਦੀ ਸਾਜਿਸ਼ ਬਹੁਤ ਤਗੜੀ ਆ, ਮੋਦੀ ਨੂੰ ਫੇਲ ਨਹੀਂ ਕਰ ਸਕਦਾ, ਪੰਜਾਬ ਨੂੰ ਉਹਨੇ ਫੇਲ ਕਰਨਾ, ਫੇਲ ਹੋਇਆ ਪਿਆ। ਵੋਟ ਕਿਸੇ ਨੂੰ ਤਾਂ ਪਾਉਣੀ ਹੀ ਪੈਣੀ, ਨਹੀਂ ਪਾਉਣੀ, ਅਸੀਂ ਤਾਂ ਹਰੇਕ ਨੂੰ ਇਹੀ ਕਹਿਣਾ ਵੋਟ ਨਾ ਪਾਉਣ ਜਾਓ, ਘਰੇ ਬਹਿ ਜਾਓ, ਕੀ ਫਾਇਦਾ ਜਦੋਂ ਇਹਨਾਂ ਨੇ ਕੁਛ ਕਰਨਾ ਹੀ ਨਹੀਂ। ਪੰਜਾਬ ਨੂੰ ਗੁਲਾਮ ਬਣਾ ਦੇ ਨੇ ਇਹਨਾਂ ਨੇ, ਬਈਆਬਾਦ ਵਾੜੀ ਜਾਂਦੇ ਵੋਟਾਂ ਕਰਕੇ, ਇੱਥੋਂ ਲੈ ਕੇ ਘੈਂਡਾ ਘਰ ਤੱਕ ਬਈਆ ਹੀ ਖੜੇ, ਇੱਕੋ ਰੇਟ ਹੋਊਗਾ ਦਾਲ ਸਬਜ਼ੀ, ਜੋ ਸ਼ਹਿਰ ਫਰੀਦਕੋਟ 'ਚ ਇਹ ਬਈਆਂ ਨੂੰ ਸ਼ਹਿਰ ਦੇਈ ਜਾਂਦੇ ਆ, ਇੱਕ ਬਈਏ ਨੂੰ ਮਾੜੀ ਜਿਹੀ ਗੱਲ ਕਹਿੰਦੇ ਸਾਰੇ ਇਕੱਠੇ ਹੋ ਜਾਂਦੇ ਆ, ਸਾਡੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ।
ਸਤਿ ਸ਼੍ਰੀ ਅਕਾਲ ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਹਰ ਪਾਰਟੀ ਇਸ ਵਾਰੀ ਪ੍ਰਚਾਰ ਸ਼ੁਰੂ ਕਰ ਚੁੱਕੀ ਹੈ ਅਤੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਹਲਕਾ ਦਿੱਤਾ ਗਿਆ, ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਵੱਲੋਂ। ਬਾਕੀ ਪਾਰਟੀਆਂ ਦੇ ਉਮੀਦਵਾਰ ਚਿਹਰੇ ਜਲਦ ਜਨਤਕ ਹੋ ਜਾਣਗੇ। ਅਤੇ ਇਸ ਵਿਚਾਲੇ ਅੱਜ ਭਾਜਪਾ ਦੇ ਸੁਨੀਲ ਜਾਖੜ ਕਹਿੰਦੇ ਕਿ ਅਸੀਂ ਅਕਾਲੀਆਂ ਦੇ ਨਾਲ ਨਹੀਂ ਚੋਣਾਂ ਅੱਡ ਲੜਾਂਗੇ। ਤਾਂ ਇੱਥੋਂ ਫਰੀਦਕੋਟ ਤੋਂ ਵਿਧਾਇਕ ਨੇ ਗੁਰਦਿੱਤ ਸਿੰਘ ਸੇਖੋਂ ਆਮ ਆਦਮੀ ਪਾਰਟੀ ਤੋਂ, ਲੋਕ ਨੇ ਸਾਡੇ ਨਾਲ ਬੈਠੇ ਹੋਏ, ਗੱਲਬਾਤ ਕਰਾਂਗੇ ਕਿ ਇਹਨਾਂ ਦੇ ਹਲਕੇ ਦੀਆਂ ਮੰਗਾਂ ਲੋੜਾਂ ਨੇ, ਕਿਹੜੀ ਪਾਰਟੀ ਤੋਂ ਖੁਸ਼ ਨੇ, ਕਿਹੜੀ ਤੋਂ ਨਾਰਾਜ਼ ਨੇ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ, ਕੀ ਨਾਮ ਹੈ ਤੁਹਾਡਾ ਜੀ? ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੋਰਾ ਸਿੰਘ ਹੈ। ਕੀ ਕੰਮ ਕਾਰ ਕਰਦੇ? ਮੈਂ ਰਿਟਾਇਰਡ ਕਰਮਚਾਰੀ ਹਾਂ। ਜਿਵੇਂ ਮੈਂ ਬਜ਼ੁਰਗੋ, ਪਹਿਲਾਂ ਤਾਂ ਇਹੀ ਸਵਾਲ ਸਾਰ ਨਾਲੋਂ ਹੁੰਦਾ ਕਿ ਜਿਹੜੀ ਸੱਤਾਧਾਰੀ ਪਾਰਟੀ ਆ, 2 ਸਾਲ ਹੋ ਗਏ ਪੰਜਾਬ ਦੀ ਕਮਾਨ ਸੰਭਾਲੀ ਆਮ ਆਦਮੀ ਪਾਰਟੀ ਨੇ, ਤੁਹਾਨੂੰ ਲੱਗਦਾ ਵੀ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਬਾਕੀਆਂ ਨਾਲੋਂ ਪਾਸ ਨੇ? ਜਿਹੜੀ ਗੱਲ ਲੋਕਾਂ ਦੇ ਦਿਮਾਗ 'ਚ ਸੀ ਨਾ ਪਹਿਲਾਂ ਵੀ 70 ਸਾਲ ਹੋ ਗਏ ਆ ਅਤੇ ਨਵੀਂ ਪਾਰਟੀ ਲੈ ਕੇ ਆਉਣੀ ਆ, ਨਵਿਆਂ ਦਾ ਜਿਹੜਾ 2 ਸਾਲਾਂ 'ਚ ਪਤਾ ਲੱਗ ਗਿਆ ਵੀ ਅਜੇ ਹਾਲ ਹੀ ਨਿਕਲੇ ਆ, ਇਹਨਾਂ ਦੇ ਪੱਲੇ ਕੁਛ ਨਹੀਂ, ਕੋਈ ਕੰਮ ਨਹੀਂ ਹੋਇਆ, ਕੋਈ ਨਵਾਂ ਕੰਮ ਕਰਕੇ ਨਹੀਂ ਦਿਖਾਇਆ। ਜਿਹੜੇ ਕੰਮ ਹੋਏ ਆ ਪਹਿਲਾਂ ਵਾਲੇ, ਜੋ ਕੰਮ ਸੀ ਉਹਨਾਂ ਨੂੰ ਚਾਲੂ ਹੀ ਕੀਤਾ ਗਿਆ, ਕੀਤੇ ਨਹੀਂ ਪੂਰੇ, ਉਹ ਵੀ ਨਹੀਂ ਕੀਤੇ ਗਏ। ਉਹ ਤੋਰੇ ਕਿਸੇ ਹੋਰ ਦੇ ਹੋਏ ਸੀ, ਇਹਨਾਂ ਨੇ ਕ੍ਰੈਡਿਟ ਲੈ ਲਏ? ਹਾਂ, ਇਹ ਉਹਨਾਂ ਦਾ ਕ੍ਰੈਡਿਟ ਲੈਂਦੇ ਆ ਵੀ ਅਸੀਂ ਆਹ ਸੜਕ ਬਣਾਤੀ ਜੀ, ਅਸੀਂ ਉਹ ਕੰਮ ਕਰਤਾ, ਕੀਤਾ ਆਪਦੇ ਪੱਲਿਓਂ ਕੁਛ ਨਹੀਂ ਕੀਤਾ। ਖਜ਼ਾਨਾ ਜਿਹੜਾ ਇਹ ਭਰਿਆ ਦੱਸਦੇ ਆ, ਉਹ ਕਰਜ਼ਾ ਲੈ ਲਿਆ ਭਰ ਲਿਆ, ਅੱਗੇ ਕੁਛ ਨਹੀਂ ਕੀਤਾ। ਲੋਕ ਬੜੇ ਦੁਖੀ ਹੈ, ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਉਹਦੇ 'ਚ ਲੋਕ ਪੂਰੇ ਕਮਰ ਕੱਸੇ ਕੱਸੀ ਬੈਠੇ ਆ ਵੀ ਇਹਨਾਂ ਨੂੰ ਕਿਵੇਂ ਭਜਾਉਣਾ ਆਇਆਂ ਨੂੰ ਅਤੇ ਕਿਵੇਂ ਇਹਨਾਂ ਦੇ ਹਾਰ ਪਾਉਣੇ ਆ। ਉਹੀ ਲੋਕ ਨੇ ਫਿਰ ਜਿਨ੍ਹਾਂ ਨੇ ਪਹਿਲਾਂ ਅਕਾਲੀ ਕਾਂਗਰਸੀ ਭਜਾਏ ਸੀ, ਜਿਵੇਂ ਪਹਿਲਾਂ ਕਾਂਗਰਸੀ ਅਤੇ ਅਕਾਲੀ ਭਜਾਏ ਸੀ ਵੀ 3 ਲਿਆਵਾਂਗੇ, ਕਿਉਂਕਿ ਮੁੱਖ ਮੰਤਰੀ ਨੇ ਅਤੇ ਕੇਜਰੀਵਾਲ ਨੇ ਦੋਨਾਂ ਨੇ ਕਿਰਾਇਆ ਕਰਕੇ ਇਹੋ ਜਿਹੀ ਲੋਕਾਂ ਨੂੰ ਸਬਜ਼ ਬਾਗ ਵਿਖਾਏ, ਲੋਕਾਂ ਨੂੰ ਇਹੋ ਜਿਹਾ ਕੁਛ ਕਿਹਾ ਕਿ ਲੋਕ ਇਕਦਮ ਹੀ ਉੱਧਰ ਹੋ ਗਏ। ਕਹਿੰਦੇ ਅਸੀਂ ਦੇਖੋ ਬੱਸਾਂ ਦਾ ਕਿਰਾਇਆ ਮੁਫ਼ਤ ਕਰਤਾ ਬੀਬੀਆਂ ਨੂੰ, 1000 ਰੁਪਈਆ ਵੀ ਦੇ ਦਿਆਂਗੇ, ਬਿਜਲੀ 300 ਯੂਨਿਟ ਮੁਫ਼ਤ ਕਰਤੀ, ਇੰਨੇ ਦਾ ਕੰਮ ਕਰਦੇ? ਨਹੀਂ ਜੀ, ਉਹ ਕੈਪਟਨ ਸਾਹਿਬ ਨੇ ਬੀਬੀਆਂ ਦਾ ਕਿਰਾਇਆ ਮੁਫ਼ਤ ਕੀਤਾ ਸੀਗਾ, ਇਹਨਾਂ ਨੇ ਨਹੀਂ ਕੀਤਾ ਗਾ। ਇਹਨਾਂ ਨੇ 1000 ਵਾਲਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ। ਜਿਹੜੀ ਇਹਨਾਂ ਨੇ ਬੁਢਾਪਾ ਵਿਧਵਾ ਅਤੇ ਅੰਗ ਇਹਨਾਂ ਨੂੰ ਪੈਨਸ਼ਨ ਦੇਣੀ ਸੀ, 2500 ਦਾ ਵਾਅਦਾ ਕੀਤਾ ਸੀ, ਉਹ 1500 ਹੀ ਮਿਲ ਰਹੀ ਹੈ। ਸ਼ਗਨ ਸਕੀਮ ਜਿਹੜੀ ਆ ਪਿਛਲੇ 2 ਸਾਲਾਂ ਤੋਂ ਬੰਦ ਪਈ ਹੈ, ਕਿਸੇ ਵੀ ਅੰਗਹੀਣ ਨੂੰ ਉਹਦਾ ਫਾਇਦਾ ਨਹੀਂ ਮਿਲਿਆ, ਕਿਸੇ ਵਿਧਵਾ ਨੂੰ, ਕਿਸੇ ਮਜ਼ਦੂਰ ਨੂੰ ਫਾਇਦਾ ਨਹੀਂ ਮਿਲਿਆ, ਕਿਸੇ ਦੀ ਲੜਕੀ ਦਾ ਸ਼ਗਨ ਸਕੀਮ ਨਹੀਂ ਮਿਲਿਆ। ਮੈਨੂੰ ਕੋਈ ਬੰਦਾ ਬਾਂਹ ਖੜੀ ਕਰਕੇ ਦੱਸ ਦੇਵੇ ਵੀ ਮੈਂ ਸ਼ਗਨ ਸਕੀਮ 2 ਸਾਲਾਂ 'ਚ ਕੁੜੀ ਦਾ ਵਿਆਹ ਕਰਕੇ ਲਈ ਹੈ ਅਤੇ ਮੈਂ ਪੱਲਿਓਂ 5000 ਰੁਪਈਆ ਨਾਮ ਦੇਊਂਗਾ। ਅੱਛਾ, ਇੱਥੇ ਜਿੱਥੇ ਆਪਾਂ ਬੈਠੇ ਹਾਂ, ਕੁਛ ਫੁੱਟ 'ਤੇ ਮਹਿਰ ਸਰਕਾਰੀ ਰਿਹਾਇਸ਼ ਆ ਵਿਧਾਇਕ ਸਾਹਿਬ ਦੀ, ਤਾਂ ਉਹਨਾਂ ਨੇ ਕਦੀ ਉਹ ਆਉਂਦੇ ਆ, ਵਿਚਰਦੇ ਆ ਲੋਕਾਂ ਦੇ ਵਿੱਚ, ਇਲਾਕਿਆਂ 'ਚ, ਪਿੰਡਾਂ 'ਚ? ਨਾ ਜੀ, ਉਹ ਸਾਡੇ ਕੋਲ ਦੀ ਇੱਥੋਂ ਦੇ ਲੰਘਦੇ ਆ ਅਤੇ ਉਹ ਹੱਥ ਵੀ ਨਹੀਂ ਚੱਕ ਕੇ ਲੰਘਦੇ, ਉਹ ਧੰਨਵਾਦ ਵੀ ਨਹੀਂ ਕਰਦੇ ਵੀ ਤੁਸੀਂ ਬੈਠੇ ਆ ਮਾੜਾ ਜਿਹਾ ਮੇਰਾ ਖਿਆਲ ਰੱਖਿਆ ਜੋ, ਕਦੇ ਸਾਡੇ ਕਿਸੇ ਸਮਾਗਮ 'ਤੇ ਨਹੀਂ ਆਏ, ਕਦੇ ਸਾਨੂੰ ਮਿਲੇ ਨਹੀਂ। ਲੋਕਾਂ ਤੋਂ ਸੁਣਦੇ ਹਾਂ ਅਸੀਂ ਹਰ ਰੋਜ਼ ਵੀ ਕੀ ਹੋ ਰਿਹਾ। ਜਿਹੜਾ ਅਨਮੋਲ ਗਗਨ ਮਾਨ ਇੱਥੇ ਕਰਮਜੀਤ ਅਨਮੋਲ ਨੂੰ ਮਿਲੀ ਹੈ, ਕਰਮਜੀਤ ਅਨਮੋਲ ਜਿਹੜਾ ਉਹ ਅਜੇ ਤੱਕਰ ਸਾਡੇ ਕੋਲ ਕਿਤੇ ਇੱਥੇ ਸੱਤਾਂ 'ਚ ਨਹੀਂ ਆਇਆ। ਦੂਜੀ ਗੱਲ ਆ ਵੀ ਬਾਹਰ ਦੇ ਜਿੰਨੇ ਵੀ ਇੱਥੇ MP ਖੜ੍ਹੇ ਹੋਏ ਆ, ਉਹਨਾਂ ਨੇ ਕਦੇ ਕਿਸੇ ਦਾ ਕੰਮ ਨਹੀਂ। ਪਹਿਲਾਂ ਸਦੀਕ ਲਿਆਂਦਾ ਸੀ, ਉਹ ਵੀ ਇਹ ਕਹਿੰਦੇ ਵੀ ਫਰੀਦਕੋਟੀਆਂ ਨੂੰ ਕਲਾਕਾਰ ਬਹੁਤ ਚੰਗੇ ਲੱਗਦੇ, ਪਹਿਲਾਂ ਸਦੀਕ ਲਿਆਂਦਾ, ਹੁਣ ਕਰਮਜੀਤ ਅਨਮੋਲ ਵੀ ਮੌਕਾ ਮਿਲ ਸਕਦਾ? ਅਸੀਂ ਇਹ ਵੇਖਿਆ ਵੀ ਚਲੋ ਸਦੀਕ ਨੂੰ ਲਿਆਂਦਾ, ਕਲਾਕਾਰ ਆ, ਲੋਕਾਂ 'ਚ ਵਿਚਰਦਾ, ਉਸੇ ਤਰ੍ਹਾਂ ਅਖਾੜੇ ਛੱਡ ਕੇ ਲੋਕਾਂ 'ਚ ਵਿਚਰੂਗਾ, ਪਰ ਉਹ ਕਿਸੇ ਦੇ ਮਰਗ ਦੇ ਭੋਗ 'ਤੇ ਵੀ ਨਹੀਂ ਆਇਆ ਅਤੇ ਕੁਛ ਨਹੀਂ ਕੀਤਾ ਉਹਨੇ। ਐਰਕੀ ਵੀ ਸਾਰੇ ਲੋਕ ਕਮਰ ਕਸੇ ਕਸੀ ਬੈਠੇ ਆ ਵੀ ਅਸੀਂ ਬਾਹਰ ਦੇ ਉਮੀਦਵਾਰ ਨੂੰ ਬਿਲਕੁਲ ਨਹੀਂ ਜਿਤਾਉਣਾ। ਲੋਕਲ ਉਮੀਦਵਾਰ ਅਜੇ ਵੀ ਇਹ ਕੋਈ ਖੜ੍ਹਾ ਕਰਦੇ ਤਾਂ ਹੋ ਸਕਦਾ ਇਹਨਾਂ ਦੀ ਇਹ ਬਾਜ ਜਾਣ, ਇਹਨਾਂ ਨੂੰ ਕੋਈ 12-14 ਹਜ਼ਾਰ ਵੋਟ ਪੈ ਜੇ। ਮੈਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਵੋਟਾਂ ਪੈਣਗੀਆਂ, ਇੱਥੇ ਦਾ ਜਿਹੜਾ ਲੋਕਲ ਹੈ ਨਾ ਉਹ ਹੀ ਜਿੱਤੂਗਾ।
ਸੁੱਕਲ ਉਮੀਦਵਾਰ ਤਾਂ ਹਲੇ ਅਕਾਲੀਆਂ ਕਾਂਗਰਸੀਆਂ ਨੇ ਵੀ ਨਹੀਂ ਐਲਾਨੇ, ਮਤਲਬ ਉਹਨਾਂ ਨੂੰ ਮੌਕਾ ਦੇ ਸਕਦੇ ਹੋ? ਤੁਹਾਨੂੰ ਲੱਗਦਾ ਵੀ ਉਹਨਾਂ ਨਾਲ ਜਿਹੜੀ ਨਾਰਾਜ਼ਗੀ ਸੀ ਉਹ ਅੱਜ ਵੀ ਕਾਇਮ? ਬਿਲਕੁਲ ਜੀ, ਜਨਤਾ ਇਹੀ ਸੋਚ ਰਹੀ ਹੈ ਵੀ ਉਹ ਵੀ ਜੇ ਕੋਈ ਲੋਕਲ ਮੋਗਾ ਮੁਕਤਸਰ ਬਾਘਾ ਪੁਰਾਣਾ ਜੈਤੋ ਫਰੀਦਕੋਟ ਸਾਦਕ ਇਸ ਏਰੀਏ ਦਾ ਕੋਈ ਉਮੀਦਵਾਰ ਲਿਆ ਕੇ ਦੇਣਗੇ ਤਾਂ ਲੋਕ ਚਾਹੁਣਗੇ, ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਅੱਗੇ ਜਿਤਾ ਕੇ ਅਸੀਂ ਪ੍ਰੋਫੈਸਰ ਸਾਧੂ ਸਿੰਘ ਨੂੰ, ਉਹਨੂੰ ਸਾਰੇ ਪਿੰਡਾਂ ਦਾ ਨਾਂ ਹੁਣ ਜਾ ਕੇ ਪੁੱਛ ਲਓ, ਉਹਨੂੰ ਸਾਰੇ ਪਿੰਡਾਂ ਦੇ ਨਾਂ ਦਾ ਨਹੀਂ ਪਤਾ, ਰਾਮਪੁਰੇ ਤੱਕ ਦਾ ਵੀ ਕਿੰਨੇ ਪਿੰਡ ਆ, ਰਾਮਪੁਰੇ ਹਲਕੇ ਦੇ, ਫਰੀਦਕੋਟ ਹਲਕੇ ਦੇ ਕਿੰਨੇ ਪਿੰਡ, ਮੈਨੂੰ ਇੰਨੀ ਗੱਲ ਹੀ ਦੱਸ ਦੇਣਾ ਕਿ, ਪਰ ਮੈਂ ਦੱਸ ਸਕਦਾ ਵੀ ਕਿੰਨੇ ਪਿੰਡ ਫਰੀਦਕੋਟ ਹਲਕੇ ਦੇ, ਕਿੰਨੇ ਰਾਮਪੁਰੇ ਦੇ ਆ, ਕਿੰਨੇ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਮੋਗਾ ਅਤੇ ਕੋਟਕਪੂਰਾ। ਕਰਮਜੀਤ ਅਨਮੋਲ ਅੱਜ ਇੱਧਰ ਪਿੰਡਾਂ ਦਾ ਦੌਰਾ ਕਰ ਰਹੇ, ਉਹਨਾਂ ਦੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਪਾਈ ਹੋਈ ਆ ਵੀ ਫਲਾਣੇ ਟਾਈਮ 'ਤੇ ਇਸ ਪਿੰਡ ਹੋਵਾਂਗੇ, ਫਲਾਣੇ ਟਾਈਮ 'ਤੇ ਇਸ ਪਿੰਡ ਹੋਵਾਂਗੇ, ਤਾਂ ਹਲੇ ਤੱਕ ਯਾਨੀ ਕਿ ਇੱਥੇ ਪਹੁੰਚੇ ਨਾ ਜੀ? ਉਹ ਇਕੱਠ ਹੀ ਨਹੀਂ ਹੋ ਰਿਹਾ ਜੀ, ਇਦੋਂ ਬਾਅਦ ਇਕੱਠ ਹੋਣਾ ਬੰਦ ਹੋ ਜਾਣਾ, ਦੇਖੇ ਚੱਲਿਓ ਤੁਸੀਂ, ਵੇਖੋ ਵੇਖ ਲੋਕ ਇਸ ਪਿੰਡ ਦੇ, ਜੇ ਲੋਕ 50 ਹੁੰਦੇ ਆ ਤਾਂ ਅਗਲੇ ਪਿੰਡ ਦੇ 40 ਰਹਿ ਜਾਂਦੇ। ਹਾਂਜੀ, ਕੀ ਮੰਗਾਂ ਕੀ ਨੇ ਜੀ ਤੁਹਾਡੇ ਇਲਾਕੇ ਦੀਆਂ? ਵੈਸੇ ਇਸ ਹਲਕੇ ਦੀਆਂ ਕੀ ਮੰਗਾਂ ਨੇ? ਕੋਈ ਪਾਣੀ ਦੀ ਲੋੜ ਆ ਕੀ? ਇਹਨਾਂ ਨੇ ਕੀ ਸਵਾਹ ਦੇਣੀ ਆ? ਕੋਈ ਮੰਗ ਨਹੀਂ, ਉਹਦੇ ਬੱਚੇ ਪਾਲੋ, ਇਹ ਜਿੰਨੇ ਲੀਡਰ ਆ ਸਭ ਬੇਵਕੂਫ ਬਣਾਉਂਦੇ ਆ। ਮੁਹੰਮਦ ਸਦੀਕ ਇੱਥੇ ਆਇਆ, ਉਹਦੀ ਜਨਾਨੀ ਨੇ ਮੈਨੂੰ ਜੱਫੀ ਪਾਈ, ਅਸੀਂ ਆ ਬੜਾ ਤਕੜਾ ਕਲਾਕਾਰ ਆ, ਵੋਟਾਂ ਪਾਈਆਂ, ਇੱਕ ਵਾਰੀ ਵੀ ਉਹਨੇ ਗੇੜਾ ਨਹੀਂ ਮਾਰਿਆ। ਜੇ ਜਗਮੀਤ ਬਰਾੜ ਨੂੰ ਕਿਸੇ ਟਾਈਮ ਜਿਤਾਇਆ, ਉਹਨੇ ਗੇੜਾ ਨਹੀਂ ਮਾਰਿਆ, ਕੱਖ ਨਹੀਂ ਕਰਦੇ, ਉਹਦੇ ਘਰ ਸੰਭਾਲੀ ਜਾਂਦੇ, ਘਰ ਭਰਨ ਡੇ ਆ। ਅਸੀਂ ਤਾਂ ਯਾਰ ਵੋਟ ਪਾਓ ਹੀ ਨਾ, ਕਿਸੇ ਨੂੰ ਨਾ ਪਾਓ। ਤੁਹਾਡੇ ਵਿਧਾਇਕ ਨੇ ਸੇਖੂ ਸਾਹਿਬ ਉਹ ਬਸ ਠੀਕ ਹੀ ਚੁੱਪ ਹੀ ਭਲੀ ਆ, ਇੱਥੇ ਰੋ ਕੇ ਮਰ ਕੇ ਪਾਣੀ ਛਿੜਕਾ ਦੇ, ਕੋਈ ਨਹੀਂ ਛਿੜਕਾਇਆ, ਬਸ ਆਪਦੇ ਢਿੱਡ ਭਰਨ ਲੱਗੇ ਵੇ ਆ ਕੋਈ। ਅਸੀਂ ਤਾਂ ਬੱਚਿਆਂ ਨੂੰ ਇਹੀ ਹਦਾਇਤ ਦਿੰਦੇ ਹਾਂ, ਉਹਦੀ ਕਿਰਤ ਕਰੋ ਅਤੇ ਰੋਟੀ ਖਾਓ, ਕੋਈ ਲੀਡਰ ਨਹੀਂ, ਕੋਈ ਕੁਛ ਨਹੀਂ, ਕਿਸੇ ਨੇ ਨਹੀਂ ਸੁਣਨੀ, ਠੀਕ ਹੈ ਜੀ? ਕੇਜਰੀਵਾਲ ਗ੍ਰਿਫਤਾਰ ਹੋਇਆ ਤਾਂ ਉਹ ਕੀ ਲੈਣਾ ਹੋਇਆ, ਉਹਦੀਆਂ ਕਰਤੂਤਾਂ ਹੋਇਆ, ਅਸੀਂ ਕੀ ਲੈਣਾ ਕੇਜਰੀਵਾਲ ਤੋਂ, ਕੀ ਲੈਣਾ ਸਾਨੂੰ ਨੇ ਦੁੱਧ ਦੇਣਾ ਸਾਨੂੰ ਨਹੀਂ, ਅਸੀਂ ਹਾਲਾਂਕਿ ਵੋਟਾਂ ਸੀ ਵੀ ਪਾਈਆਂ ਇਹਨਾਂ ਨੂੰ, ਪਰ ਨਹੀਂ ਇਹਨਾਂ ਨੇ ਕੁਛ ਨਹੀਂ ਕੀਤਾ। ਕਰਮਜੀਤ ਅਨਮੋਲ ਨੂੰ ਕੋਈ ਵੇਖਦੇ ਨਹੀਂ ਤੁਸੀਂ? ਠੀਕ, ਉਹਦੇ ਡਰਾਮੇ ਡਰੂਮੇ ਦੇਖ ਨਾ, ਮੇਰਾ ਨਾਨਕਾ ਹਲਕਾ, ਮੇਰੇ ਨਾਨਕੇ ਨੇ ਨਾਨਕੇ ਤੋਂ ਪਹਿਲਾਂ ਕਿੱਥੇ ਰਿਹਾ, ਇੰਨਾ ਜਾਈ ਤਾਂ ਵੇਖਿਆ ਨਹੀਂ। ਹਾਂ ਪਿਕਚਰਾਂ ਪੁਕਚਰਾਂ ਵੇਖੀ ਦੀਆਂ, ਸੌਂਦਾ ਬਹੁਤ ਆ, ਇਸ ਕਰਕੇ ਹੋ ਸਕਦਾ ਭੁੱਲ ਭੁਲੇਖੇ ਨੂੰ ਵੋਟ ਪਾ ਦਈਏ। ਬਾਕੀ ਇਹ ਲੀਡਰ ਲੂਡਰ ਤਾਂ ਸਾਰੇ ਰੱਬ ਦਾ ਨਾਂ ਹੀ ਆ, ਚੁੱਪ ਹੀ ਪਲੀ ਆ, ਕਿਸੇ ਨੂੰ ਲੈ ਲਓ। ਅਕਾਲੀਆਂ ਕਾਂਗਰਸੀਆਂ ਨੂੰ ਵੀ ਦੁਬਾਰਾ ਮੌਕਾ ਨਹੀਂ ਮਿਲੂਗਾ? ਨਾ 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 ਨਾ, ਉਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਾਈ, ਕੀ ਕੁਛ ਕੀਤਾ, ਉਹ ਸਜ਼ਾ ਭੋਗੀ ਜਾਂਦੇ ਆ। ਕਿਸੇ ਨੇ ਕੱਖ ਨਹੀਂ ਕਰਨਾ ਵੀਰ ਮੇਰਿਆ, ਉਹਦੀ ਦਿਹਾੜੀ ਕਰੋ, ਕਿਰਤ ਕਮਾਈ ਕਰੋ ਅਤੇ ਰੋਟੀ ਖਾਓ, ਲੀਡਰਾਂ ਮਗਰ ਨਾ ਲੱਗੋ। ਵੋਟ ਕਿਸੇ ਨੂੰ ਤਾਂ ਪਾਉਣੀ ਹੀ ਪੈਣੀ, ਨਹੀਂ ਪਾਉਣੀ, ਅਸੀਂ ਤਾਂ ਹਰੇਕ ਨੂੰ ਇਹੀ ਕਹਿਣਾ, ਵੋਟ ਨਾ ਪਾਉਣ ਜਾਓ, ਘਰੇ ਬਹਿ ਜਾਓ, ਕੀ ਫਾਇਦਾ ਜਦੋਂ ਇਹਨਾਂ ਨੇ ਕੁਛ ਕਰਨਾ ਹੀ ਨਹੀਂ। ਪੰਜਾਬ ਨੂੰ ਗੁਲਾਮ ਬਣਾ ਦੇਣੇ ਇਹਨਾਂ ਨੇ, ਬਈਆਬਾਦ ਵਾੜੀ ਜਾਂਦੇ ਵੋਟਾਂ ਕਰਕੇ, ਇੱਥੋਂ ਲੈ ਕੇ ਘੈਂਡਾ ਘਰ ਤੱਕ ਬਈਏ ਹੀ ਖੜੇ, ਇੱਕੋ ਰੇਟ ਹੋਊਗਾ ਦਾਲ ਸਬਜ਼ੀ, ਜੋ ਸ਼ਹਿਰ ਫਰੀਦਕੋਟ 'ਚ ਇਹ ਬਈਆਂ ਨੂੰ ਸ਼ਹਿਰ ਦੇਈ ਜਾਂਦੇ ਆ, ਇੱਕ ਬਈਏ ਨੂੰ ਮਾੜੀ ਗੱਲ ਕਹਿੰਦੇ ਸਾਰੇ ਇਕੱਠੇ ਹੋ ਜਾਂਦੇ ਆ। ਸਾਡੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ, ਦੂਜੀਆਂ ਸਟੇਟਾਂ ਜਿਸ ਤਰ੍ਹਾਂ ਕਿ ਰਾਜਸਥਾਨ ਵਗੈਰਾ 'ਚ ਉੱਥੇ ਝੋਨੇ ਨਹੀਂ ਲੱਗਦੇ, ਇੱਥੇ ਝੋਨੇ ਵਗੈਰਾ ਲੱਗਣੇ ਆ, ਉਦੋਂ ਨੂੰ ਇਹਨਾਂ ਨੇ ਸਭ ਤੋਂ ਲਾਸਟ 'ਚ ਕਿਉਂ ਰੱਖੇ ਇੱਥੇ, ਇੱਥੇ ਵੋਟਾਂ ਕਿਉਂ ਪੈਣਗੀਆਂ? ਇਹ ਹੈ ਇਹਨਾਂ ਦੀ ਪੋਲਸੀ ਆ, ਇਹਨਾਂ ਦੀ ਸਾਜਿਸ਼ ਆ, ਸਾਰਾ ਜੋ ਕੁੜਮ ਕਬੀਲਾ ਇੱਥੇ ਲਿਆ ਕੇ ਸੁੱਟ ਦੇਣਗੇ। ਉੱਧਰੋਂ ਝੋਨੇ ਦੀ ਲਵਾਈ ਦਾ ਜ਼ੋਰ ਹੋਊਗਾ, ਉੱਧਰੋਂ ਖੇਤ ਮਜ਼ਦੂਰ ਉੱਥੇ ਹੋਣਗੇ, ਵੋਟਾਂ ਪੈਣੀਆਂ ਹੀ ਨਹੀਂ। ਅਕਾਲੀ ਭਾਜਪਾ ਦਾ ਪਹਿਲਾਂ ਗੱਠਜੋੜ ਦੀ ਚਰਚਾ ਸੀ, ਅੱਜ ਜਾਖੜ ਕਹਿੰਦੇ ਵੀ ਅੱਜ ਅਸੀਂ ਅੱਡ ਅੱਡ ਲੜਾਂਗੇ। ਜਾਖੜ ਨੇ ਕੀ ਖੱਟਿਆ, ਉਹਦਾ ਦਾਦਾ ਕਾਂਗਰਸੀ ਸੀ, ਪਿਓ ਕਾਂਗਰਸੀ ਸੀ, ਇਹ ਸੀ ਪਾਰਟੀ ਛੱਡ ਕੇ ਉੱਧਰ, ਜੇ ਪਾਰਟੀ ਛੱਡ ਗਿਆ ਤਾਂ ਮੈਂ ਵੋਟਾਂ ਲਊਂਗਾ ਉਹਨੂੰ, ਉਹਦੇ ਮਗਰ ਪਾਉਂਦਾ MSP ਮੈਂ ਦਵਾਉਂਗਾ ਤੁਹਾਨੂੰ ਸੈਂਟਰ ਕੀ ਲੈਣਾ ਸੀ। ਸਭ ਮੋਦੀ ਦੀ ਸਾਜਿਸ਼ ਬਹੁਤ ਤਕੜੀ ਆ, ਮੋਦੀ ਨੂੰ ਫੇਲ ਨਹੀਂ ਕਰ ਸਕਦਾ, ਪੰਜਾਬ ਨੂੰ ਉਹਨੇ ਫੇਲ ਕਰਨਾ, ਫੇਲ ਹੋਇਆ ਪਿਆ। ਕੁਛ ਆ ਜਿਹੜੇ ਲੀਡਰ ਆ ਹਰੇਕ ਹੀ BJP ਦਾ ਪਾਈ ਜਾਂਦੇ ਪਰਨਾ ਜਾਂ, ਹਰੇਕ ਸਰਦਾਰ ਹੋਣ ਦੇ ਬਾਵਜੂਦ ਵੀ
ਬਸ ਠੀਕ ਹੀ ਠੀਕ ਆ ਯਾਰ, ਛੱਡ ਪਰਾਂ ਹੁਣ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ? ਸਿੰਦਰਪਾਲ ਸਿੰਘ। ਤਾਂ ਬਜ਼ੁਰਗੋ, ਇਸ ਇਲਾਕੇ ਦੀਆਂ ਹਰ ਇਲਾਕੇ ਦੀਆਂ ਮੰਗਾਂ ਹੁੰਦੀਆਂ ਨਾ, ਕੋਈ ਵੀ ਸਾਡੇ ਇਲਾਕੇ 'ਚ ਪਾਣੀ ਨਹੀਂ ਆਉਂਦਾ ਜਾਂ ਆਹ ਮੰਗ ਆ ਜਾ, ਕੀ ਤੁਹਾਨੂੰ ਲੱਗਦਾ ਵੀ ਪਿੰਡਾਂ ਦੀਆਂ ਫਰੀਦਕੋਟ ਸ਼ਹਿਰ ਦੀਆਂ ਕੀ ਲੋੜਾਂ ਨੇ? ਐਡਮਿਨਿਸਟ੍ਰੇਸ਼ਨ ਵਧੀਆ ਹੋਣਾ ਚਾਹੀਦਾ, ਤੁਹਾਡੇ ਤਾਂ ਹੈ ਜੀ ਲੋੜਾਂ ਵੱਡੀ ਵੀ ਐਡਮਿਨਿਸਟ੍ਰੇਸ਼ਨ ਦੀ ਹੈ, ਜਾਂ ਫਿਰ ਸਾਰੇ ਵੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਵੱਧ ਤੋਂ ਵੱਧ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣ। ਮਾਣ ਕਹਿੰਦੇ ਤਾਂ ਹੈ ਰੋਜ਼ ਮੈਂ ਇੰਨੀਆਂ ਨੌਕਰੀਆਂ ਦਿੱਤੀਆਂ, ਡੇਢ ਦੋ ਸਾਲ 'ਚ ਮੈਂ ਤਾਂ ਢੇਰ ਲਾਤਾ ਨੌਕਰੀਆਂ ਦੀਆਂ। ਪਹਿਲਾਂ ਤਾਂ ਇਹ ਜਾਂਦੇ ਜਾਂਦੇ ਦਿੰਦੇ ਸੀ ਇਲੈਕਸ਼ਨਾਂ 'ਚ, ਆਖਰੀ ਸਾਲ ਮੈਂ ਪਹਿਲੇ ਸਾਲ ਹੀ ਦੇਖੋ ਨੌਕਰੀਆਂ ਦੇਈ ਜਾਂਦਾ, ਮਿਲੀਆਂ ਨਹੀਂ? ਨਹੀਂ, ਚਲੋ ਜਿਹੜੀਆਂ ਦਿੱਤੀਆਂ ਠੀਕ ਹੈ, ਵੀ ਹੋਰ ਵੀ ਮਿਲਣੇ ਚਾਹੀਦੇ, ਰੁਜ਼ਗਾਰ ਤਾਂ ਵੱਧ ਤੋਂ ਵੱਧ ਲੋਕਾਂ ਬੱਚਿਆਂ ਨੂੰ, ਤਾਂ ਕਿ ਸਾਡੇ ਸੂਬੇ ਦੀ ਆਰਥਿਕ ਹਾਲਤ ਅਤੇ ਡੈਮੋਕਰੇਸੀ ਨੂੰ ਨਾ ਇੱਥੇ ਸਹੀ ਰੱਖਿਆ ਜਾਵੇ। ਪੰਜਾਬ ਨਾਲ ਸੈਂਟਰ ਦਾ ਵੀ ਸਲੂਕ ਸਹੀ ਨਹੀਂ, ਅਤੇ ਆਪਸੀ ਸਿਆਸਤ ਜਿਹੜੀ ਤੁਹਾਨੂੰ ਲੱਗਦਾ ਵੀ ਉਹ ਸੂਬੇ ਨੂੰ ਘਾਟਾ ਪਾ ਰਹੀ ਹੈ? ਘਾਟਾ ਪਾ ਰਹੀ, ਸਾਡਾ ਸਟੇਟ ਪਿਛਾਂ ਜਾ ਰਹੀ ਹੈ, ਜਿਹੜਾ ਕਿ ਇੰਡੀਆ 'ਚ ਸਭ ਤੋਂ ਨੰਬਰ ਵਨ ਸਟੇਟ ਸੀ, ਜੋ ਬਿਜ਼ਨਸ ਵੀ ਆ, ਵਪਾਰ ਵੀ ਆ, ਵਾਇਆ ਗੁਜਰਾਤ ਹੋ ਰਿਹਾ, ਜਾ ਕੇ ਵਾਇਆ ਪੰਜਾਬ, ਪਾਕਿਸਤਾਨ, ਅਫਗਾਨਿਸਤਾਨ, ਇਹਨਾਂ ਕੰਟਰੀਆਂ ਨੂੰ ਜੇ ਵਾਇਆ ਪੰਜਾਬ ਜਾਵੇ ਤਾਂ ਸਾਡੀ ਆਰਥਿਕ ਹਾਲਤ ਹੋਰ ਵਧੀਆ, ਲਾਂਘਾ ਖੋਲ੍ਹਿਆ ਜਾਵੇ। ਨਵਜੋਤ ਸਿੰਘ ਸਿੱਧੂ ਇਹ ਲਾਂਘੇ ਦੀ ਗੱਲ ਕਰਦੇ, ਸਿੱਧੂ ਤੋਂ ਉਮੀਦ ਰੱਖਦੇ ਹਾਂ ਕੋਈ, ਜੇ ਉਹ ਕੁਛ ਕਰ ਸਕਦੇ ਉਹਨਾਂ ਨੂੰ ਤਾਕਤ ਕਰੇ ਜੀ, ਜੋ ਜਿੰਦਾ ਕਹਿੰਦਾ ਕਰੇ, ਇੱਥੇ ਉਮੀਦ ਹੀ ਹੈ ਜੀ, ਜਿਸ ਬੰਦਾ ਇਸ ਗੱਲ 'ਤੇ ਆਵਾਜ਼ ਉਠਾਉਂਦਾ ਸੀ ਉਹਦੇ ਨਾਲ। ਸੁਖਪਾਲ ਖਹਿਰਾ ਪਿੱਛੇ 'ਚ ਬਹੁਤ ਚਰਚਿਤ ਰਹੇ, ਖਹਿਰਾ ਅਤੇ ਸਿੱਧੂ, ਜੇ ਤੁਹਾਨੂੰ ਲੱਗਦਾ ਇਹਨਾਂ ਨੂੰ ਤਾਕਤ ਦੇਵੇ ਕਾਂਗਰਸ, ਤਾਂ ਕਾਂਗਰਸ 'ਤੇ ਵੀ ਯਕੀਨ ਕਰ ਸਕਦੇ ਲੋਕ? ਹਾਂਜੀ, ਪਹਿਲਾਂ ਕਾਂਗਰਸ ਠੀਕ ਹੈ, ਉਹ ਠੀਕ ਚੱਲ ਰਹੇ ਸੀ, ਜਦੋਂ ਸਾਡੇ ਇੰਦਰਾ ਕਿਸੇ ਆਖੇ ਲਾ ਕੇ ਗਲਤ ਹੋ ਗਿਆ ਅਤੇ ਵਕਾਰ ਖਤਮ ਕਰ ਗਿਆ, ਉਹ ਇਹੀ ਗੱਲ ਦਾ ਘਾਟ ਅੱਜ ਤੱਕ ਆ ਰਹੀ ਹੈ। ਕੀ ਲੱਗਦਾ ਤੁਹਾਨੂੰ, ਕੀ ਮਾਹੌਲ ਹੈ ਇੱਥੋਂ ਦੇ ਪਿੰਡਾਂ ਦਾ? ਆਮ ਆਦਮੀ ਪਾਰਟੀ ਤੋਂ ਖੁਸ਼ ਨੇ ਲੋਕ, ਜਾਂ ਤੁਹਾਨੂੰ ਲੱਗਦਾ ਵੀ ਅਕਾਲੀ ਕਾਂਗਰਸੀਆਂ ਦੀ ਡਿਮਾਂਡ ਵੱਧ ਰਹੀ ਹੈ? ਖੁਸ਼ ਆ ਜੀ, ਕਿਸੇ ਤੋਂ ਵੀ ਨਹੀਂ ਖੁਸ਼ ਆ, ਆਪਾਂ ਨੂੰ ਪਤਾ ਹੀ ਹੈ ਜੋ ਕੰਮ ਕੀਤਾ ਇਹਨਾਂ ਨੇ, ਰਲ ਮਿਲ ਕੇ ਜੋ ਕੰਮ ਕਰਦੇ, ਮਾੜਾ ਮੋੜ ਕਰਦੇ, ਜਿਵੇਂ ਖਾਣ ਆਪਦਾ ਹੀ ਬਣਾਉਂਦੇ ਆ ਸਾਰੇ, ਆਪਾਂ ਨੂੰ ਤਾਂ ਕੁਛ ਵੀ ਨਹੀਂ ਦਿੰਦੇ ਇਹ, ਕੁਛ ਵੀ ਹੈ ਜਿਹੜੇ ਕੰਮ ਕਰਦੇ ਜਾਂ ਕੋਈ ਕਰਦਾ ਹੈ ਉਹਨੂੰ, ਵੈਸੇ ਉਹ ਆਪਣੇ ਆਉਂਦਾ ਹੀ ਨਹੀਂ, ਜੇ ਗਗਨ ਮਾਨ ਨੂੰ ਲੈ ਲਓ ਜਾਂ ਅਸੀਂ ਇਹਨਾਂ ਤੋਂ ਕੀ ਕਲਾ, ਇਹਨਾਂ ਗਗਨ ਜੀ ਅਨਮੋਲ, ਆਪਾਂ ਇਹਨਾਂ ਤੋਂ ਕੀ ਲੈਣਾ ਜੀ, ਆਪਣਾ ਆਉਣ ਵਾਲਾ ਸੱਭਿਆ ਅਤੇ ਜਿਹੜਾ ਸਾਡਾ ਸਿੱਖੀ ਪ੍ਰਚਾਰ ਜਾਂ ਕੁਛ ਵੀ ਇਹ ਸਾਡਾ ਸਾਡੇ ਧਾਰਮਿਕ ਵਿਚਾਰ ਉਹ ਖਤਮ ਹੋ ਜਾਂਦੇ ਆ ਅਤੇ ਸਾਨੂੰ ਦੂਜੇ ਪਾਸੇ ਲਾਇਆ। ਧਾਰਮਿਕ ਵਿਚਾਰਾਂ ਤੁਸੀਂ ਗੱਲ ਕੀਤੀ, ਬਹੁਤ ਲੋਕ ਇਹ ਦੋਸ਼ ਲਾਉਂਦੇ ਆ, ਅਸੀਂ ਮਾਣ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਨੇ ਬੇੜਾ ਪਾਇਆ, ਐਸ ਜੀ ਪੀ ਸੀ ਨੂੰ ਨੁਕਸਾਨ ਪਹੁੰਚਾਇਆ, ਢਾਹ ਲਾਈ। ਉਹ ਜਿੰਨੇ ਕੁ ਕੰਮ ਉਹਨਾਂ ਨੇ ਪਹਿਲਾਂ ਕੀਤੇ ਆ ਚਲੋ ਚੰਗੇ ਕੀਤੇ ਆ, ਮਗਰੋਂ ਆਣ ਕੇ ਵਿੱਚੋਂ ਉਹਨਾਂ ਦੇ ਕੋਈ ਹੈਗੇ ਸੀਗੇ ਲੀਡਰ ਜਾਂ ਉਹ ਕੁਛ ਗਲਤ ਕਰ ਗਏ, ਕਾਂਗਰਸੀਆਂ ਦੇ ਵੀ ਐਵੇਂ ਆਈਏ ਚੰਗੇ ਸੀਗੇ, ਕੁਛ ਕੰਮ ਵਧੀਆ ਕਰ ਗਏ, ਕਹਿ ਕੇ ਕਿ ਢਿੱਲੋਂ ਵੀ ਕੰਮ ਚੰਗੇ ਕਰ ਗਿਆ, ਚਲੋ ਖਾਧਿਆ ਜਾਂ ਕੁਛ ਵੀ ਆਉਂਦੇ ਇਲਜ਼ਾਮ ਲਾਉਂਦੇ ਆ, ਲਾ ਗਿਆ ਖਾ ਗਿਆ ਖਾਧੀ ਸਾਰੇ ਜਾਂਦੇ ਆ, ਅਤੇ ਨਵਜੋਤ ਸਿੱਧੂ ਵਧੀਆ ਕੰਮ ਕਰ ਗਿਆ, ਉਹ ਕੈਪਟਨ ਨੇ ਸਹੁੰ ਚੁੱਕੀ ਆ ਉਹ ਖਾ ਗਿਆ, ਸਹੁੰ ਦੇ ਵਿੱਚ ਆਪਾਂ ਇਸ ਨੂੰ ਮੰਨਦੇ ਨਹੀਂ ਨਾ, ਇਹ ਜਿਹੜਾ ਸਹੁੰ ਚੁੱਕਦਾ ਉਹਦਾ ਬੰਦਾ ਇਨਸਾਨ ਨਹੀਂ ਨਾ ਹੈਗਾ, ਜਿਹੜਾ ਸਹੁੰ ਖਾਂਦਾ ਉਹਦੇ 'ਤੇ ਤਬਾਰ ਵੀ ਨਹੀਂ ਕਰਨਾ ਚਾਹੀਦਾ, ਸਾਨੂੰ ਵੋਟ ਪਾਉਣੀ ਨਹੀਂ ਚਾਹੀਦੀ ਉਸ ਬੰਦੇ ਨੂੰ, ਕਸਮਾਂ ਖਾ ਕੇ ਸਾਡੇ ਨਾਲ ਇਹ ਵਾਅਦੇ ਕਰਕੇ ਗੁਟਕਿਆਂ ਦੀਆਂ ਕਸਮਾਂ ਖਾਣੀਆਂ ਜਾਏ ਠੀਕ ਨਹੀਂ ਹੈਗੀਆਂ, ਅਤੇ ਅਸੀਂ ਤਾਂ ਇਹਨਾਂ ਵੀ ਧਾਰਮਿਕ ਵਿਚਾਰਾਂ ਵਾਲਾ ਹੋਵੇ, ਜਾਂ ਸਾਨੂੰ ਤਾਂ ਇਹ ਆ ਵੀ ਸਾਡੇ ਆਉਣਾ ਸਿੱਖੀ ਬਾਰੇ ਅਸੀਂ ਤਾਂ ਇਹ ਸੋਚਦੇ ਹਾਂ। ਸੁਖਬੀਰ ਬਾਦਲ ਤੋਂ ਹੈ ਉਮੀਦ ਅਕਾਲੀ ਦਲ ਉਵੇਂ ਸੰਭਾਲਣਗੇ ਜਿਵੇਂ ਪ੍ਰਕਾਸ਼ ਕਰਦੇ ਸੀ? ਤਾਂ ਸਾਰਾ ਕੁਛ ਕਰਨਗੇ, ਅੱਜ ਤਾਂ ਸਾਰੇ ਆਖਣਗੇ ਅਸੀਂ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਵਾਵਾਂਗੇ, ਕੁਛ ਵੀ ਕਰਨਗੇ, ਪਰ ਬਾਅਦ 'ਚ ਅੱਗੇ ਨਾ ਤਾਂ ਕਰਵਾਇਆ ਕਿਸੇ ਨੇ ਨਾ ਕੁਛ, ਭਾਵੇਂ ਸਮਾਂ ਖਾ ਲੈਣ, ਵੇਖੋ ਜਦੋਂ ਕਰਾਉਣਗੇ ਫਿਰ ਵੇਖੀ ਜਾਊਗੀ, ਜੇ ਕਰਾਉਣਗੇ ਜੇ ਭਾਵੇਂ ਕੁਛ ਵੀ ਹੈ, ਸਰਸੇ ਵਾਲਿਆਂ ਨੂੰ ਤਾਂ ਹੁਣ ਦਿੱਤੀ ਜਾਂਦੇ ਹੈ, ਪਰੋਲ ਦਿੱਤੀ ਜਾਂਦੇ ਆ, ਪਰੋਲ 'ਤੇ ਪਰੋਲ ਦਿੱਤੀ ਜਾਂਦੇ ਆ, ਅੱਛਾ ਅੰਮ੍ਰਿਤਪਾਲ ਨੂੰ ਬੰਦ ਕੀਤਾ, ਹੋਰ ਸਿੱਖਾਂ ਨੂੰ ਬੰਦ ਕੀਤਾ ਜਿਹੜੇ ਆਪਦੀਆਂ ਕੈਦਾਂ ਵੀ ਭੁਗਤ ਚੁੱਕੇ ਆ, ਪਰ ਉੱਤੇ ਫਿਰ ਤੋਂ NSA ਲਾਤਾ ਪੰਜਾਬ ਸਰਕਾਰ ਨੇ, ਇਸ ਕਾਰਵਾਈ ਨੂੰ ਕਿਵੇਂ ਦੇਖਦੇ? ਇੱਕ NSA ਖਤਮ ਹੋ ਗਿਆ ਸੀ, ਹੁਣ ਸਾਲ ਹੋਰ ਅੰਦਰ ਰਹਿਣਗੇ।
ਹੁਣ ਇਹ ਸਰਕਾਰ ਇਹਦਾ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਨਾ ਜੀ, ਆਪਣੇ ਨਾਲ ਵਿਤਕਰਾ ਕਰ ਰਹੀ ਹੈ ਸਾਰੇ ਹੀ ਆ, ਭਾਵੇਂ ਆਪਾਂ ਹਿੰਦੂ ਸਿੱਖ ਹੀ ਆ ਜਾਂ ਕੁਛ ਵੀ ਹੈ, ਭਾਵੇਂ ਹਿੰਦੂਆਂ 'ਚ ਸਿੱਖ ਆ, ਸਿੱਖ ਆ ਜਾਂ ਹਿੰਦੂ ਆ, ਆਪਾਂ ਬਣੇ ਹਾਂ, ਇਹ ਸਾਡੇ ਨਾਲ ਵਿਤਕਰਾ ਪਾ ਰਿਹਾ ਇਹ ਜੋ ਬਣ ਕੇ ਜੀ। ਹੋਰ ਵੀ ਤਾਂ ਲੜਾਈਆਂ ਹੋਈਆਂ ਨੇ, ਆਪਾਂ ਯੂਪੀ ਦੇ ਵਿੱਚ ਵੇਖਿਆ ਸੀ, ਰਾਜਸਥਾਨ 'ਚ ਉਦੋਂ ਪਿੱਛੇ ਜਿਹੇ ਇਹਨਾਂ ਦੀਆਂ ਆਈਆਂ ਸੀ ਮੁਸਲਮਾਨਾਂ ਨਾਲ ਹੋਈਆਂ ਸੀਗੀਆਂ, ਉੱਥੇ ਵੀ ਵਿਵਾਦ ਛਿੜਿਆ ਸੀ, ਉੱਥੇ ਪੁਲਿਸ ਵਾਲਿਆਂ 'ਤੇ ਹੋਇਆ ਸੀ ਹਮਲਾ, ਉਹਨਾਂ 'ਤੇ ਤਾਂ NSC ਨਹੀਂ ਲਾਈ, ਅਤੇ ਸਿਰਫ ਇੱਕ ਸਿੱਖ 'ਤੇ ਕਿਉਂ ਲਾਉਂਦੀ ਹੈ, ਇੱਕ ਵਿਤਕਰਾ ਨਾ ਸਾਡੇ ਨਾਲ। NSC ਲਾਉਣ ਵਾਲੇ ਵੀ ਉਹੀ ਸ਼ਖਸ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ CM ਮਾਨ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਪੰਜਾਬ ਦਾ ਪੁੱਤ ਆ, ਮੈਂ ਖੇਤੀ ਕੀਤੀ ਆ, ਮੈਂ ਆਹ ਕੰਮ ਵੀ ਕੀਤਾ, ਤਾਂ ਹੁਣ ਇਹ NSC CM ਮਾਨ ਪੰਜਾਬ ਸਰਕਾਰ ਨੇ ਲਾਇਆ, ਕਿਵੇਂ ਦੇਖਦੇ ਹੋ ਇਹੋ ਜਿਹੇ ਫੈਸਲੇ? ਉਹ ਯਾਰ ਕੱਖ ਨਹੀਂ, ਐਵੇਂ ਬਕਵਾਸ ਆ ਰਹੇ, ਛੱਡ ਪਰਾਂ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਰਕਾਰ ਕੋਈ ਨਹੀਂ, ਜਿੰਨਾ ਚਿਰ ਮੋਦੀ ਰਹੂਗਾ ਪੰਜਾਬ ਦਾ ਬੇੜਾ ਗਰਕ ਕਰ ਦੂਗਾ। ਇਹ ਜਿਹੜੇ ਹਿੰਦੂ ਸਿੱਖ ਦਾ ਗੱਠਜੋੜ ਆ ਨਾ, ਇਹਦੇ 'ਚ ਫਰਕ ਪਾ ਦੂਗਾ, ਬਸ ਇੱਥੇ ਅਖੀਰਲੀ ਗੱਲ ਮੁਕਾ ਦੇ। ਮਾਨ ਸਾਹਿਬ ਤਾਂ ਅੱਜ ਗੱਲ ਕਰਨਗੇ, ਕੱਲ੍ਹ ਨੂੰ ਆਖਣਗੇ ਸਾਡੇ ਤੋਂ ਗਲਤੀ ਹੋ ਗਈ। ਵੇਖੋ ਜੇ ਇੱਕ CM ਹੈ, CM ਗੱਲ ਸੋਚ ਸਮਝ ਕੇ ਕਰੂਗਾ ਨਾ, ਅਤੇ ਪਰ ਇਹ ਅੱਜ ਮੁੱਦਾ ਉਠਾ ਲੈਂਦਾ, ਕੱਲ੍ਹ ਨੂੰ ਉਹਦਾ ਵਾਪਸ ਲੈ ਲਿਆ ਜੀ ਮੇਰੇ ਤੋਂ ਗਲਤੀ ਹੋ ਗਈ ਹੈ। ਆਪਾਂ ਰੋਜ਼ ਵੇਖਦੇ ਹਾਂ ਇਹੀ ਕਰਦੇ ਆ ਇਹ, ਫਿਰ ਪਤਾ ਨਹੀਂ ਗੱਲਾਂ ਕੀ ਕਹਿ ਜਾਂਦੇ, ਪੀਤੀ ਖਾਧੀ ਜੇ ਵਿੱਚ ਸਾਨੂੰ CM ਇਹੋ ਜਿਹੇ ਨਹੀਂ ਚਾਹੀਦੇ, ਅਤੇ ਵਧੀਆ CM ਚਾਹੀਦੇ। ਇਹ ਨਹੀਂ ਵੀ ਸਾਨੂੰ ਨਗਲਾਂ ਹੀ ਨਹੀਂ ਸੁਣਨੀਆਂ ਚਾਹੀਦੀਆਂ ਇਕੱਲੀਆਂ, ਅਸੀਂ ਜਾਣਿਆ ਵੀ ਇਹ ਸਾਨੂੰ ਕੋਈ ਕੰਮ ਕਰਨ ਵਾਲਾ CM ਹੋਵੇ, ਜਿਵੇਂ ਇਹ CM ਇਹੋ ਜਿਹੇ ਨਹੀਂ ਚਾਹੀਦੇ। ਇੱਕ ਯੂਟਰਨ ਵਾਲਾ ਸਵਾਲ ਬਹੁਤ ਉੱਠਦਾ, ਜਿਵੇਂ ਇਹਨਾਂ ਨੇ ਕਿਹਾ ਕਿ ਕਹਿ ਦਿੰਦੇ ਆ, ਬਾਅਦ 'ਚ ਕਈ ਵਾਰੀ ਫੈਸਲੇ ਪਲਟੇ ਵੀ ਗਏ ਆ, ਅਤੇ ਯੂਟਰਨ ਵਾਲੇ ਫੈਸਲਿਆਂ ਨੂੰ ਕਿਵੇਂ ਦੇਖਦੇ ਹੋ? ਸ਼ਾਇਦ ਹੀ ਇੰਨੇ ਜ਼ਿਆਦਾ ਫੈਸਲੇ ਲੈ ਕੇ ਵਾਪਸ ਲਏ ਗਏ ਹੁਣ ਪਹਿਲਾਂ। ਇਹ ਤਾਂ ਜੀ ਸ਼ੁਰੂ ਤੋਂ ਲੀਡਰਾਂ ਨੇ ਯੂਟਰਨ ਦੀ ਜਿਹੜੀ ਗੱਲਬਾਤ ਹੈ, ਇਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਪਿਛਲੇ 70-75 ਸਾਲਾਂ ਤੋਂ। ਭਗਵੰਤ ਮਾਨ ਸਾਹਿਬ ਨੇ ਅਤੇ ਕੇਜਰੀਵਾਲ ਸਾਹਿਬ ਨੇ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਆ ਚੋਣਾਂ ਤੋਂ ਪਹਿਲਾਂ 6 ਮਹੀਨੇ ਪਹਿਲਾਂ ਇੱਕ ਮੁਲਾਜ਼ਮ ਜਥੇਬੰਦੀਆਂ ਨਾਲ ਬਹਿ ਕੇ ਮੀਟਿੰਗ ਕੀਤੀ ਸੀ ਚੰਡੀਗੜ੍ਹ, ਕਿ ਮੈਂ ਤੁਹਾਡੇ ਸਾਰੇ ਮਸਲੇ ਹੱਲ ਸਰਕਾਰ ਬਣ 'ਤੇ 1 ਮਹੀਨੇ ਦੇ ਵਿੱਚ ਤੁਹਾਨੂੰ ਸਾਰੇ DA ਜਿੰਨਾ ਬਕਾਇਆ ਸਾਰਾ ਟੋਟਲ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਸਾਰੇ ਮੁਲਾਜ਼ਮਾਂ ਨੂੰ ਕੋਈ ਧਰਨਾ ਲਾਉਣ ਦੀ ਲੋੜ ਨਹੀਂ, ਕੋਈ ਰੈਲੀ ਨਹੀਂ ਕਰੂਗਾ, ਕੋਈ ਟੈਂਕੀਆਂ 'ਤੇ ਨਹੀਂ ਚੜੂਗਾ, ਕੋਈ ਕਿਸੇ ਕਿਸਮ ਦਾ ਰਾਹ ਨਹੀਂ ਰੋਕੂਗਾ। ਪਰ ਸਰਕਾਰ ਬਣਨ ਤੋਂ 1 ਮਹੀਨਾ ਬਾਅਦ ਉਸੇ ਤਰ੍ਹਾਂ ਹੀ ਕੰਮ ਸ਼ੁਰੂ ਹੋ ਗਿਆ, ਟੈਂਕੀਆਂ 'ਤੇ ਚੜ੍ਹਨ ਵਾਲਾ ਕੰਮ ਸ਼ੁਰੂ ਹੋ ਗਿਆ। ਜਿਹੜੇ ਮਾਸਟਰਾਂ ਨੂੰ ਕਹਿੰਦਾ ਸੀ ਮੇਰਾ ਪਿਓ ਮਾਸਟਰ ਸੀ, ਮੈਂ ਮਾਸਟਰਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮਨਜ਼ੂਰ ਕਰੂੰਗਾ, ਉਹ ਮਾਸਟਰ ਕੁੱਟੇ, ਉਹਨਾਂ ਦੇ ਕੱਪੜੇ ਪਾੜੇ, ਪੱਗਾਂ ਲਾਈਆਂ, ਸਾਡੀਆਂ ਜਿਹੜੀਆਂ ਟੀਚਰ ਲੜਕੀਆਂ ਸੀ ਉਹ ਬੇਇੱਜ਼ਤ ਕੀਤੀਆਂ, ਬਹੁਤ ਬੁਰੀ ਤਰ੍ਹਾਂ ਮੁਲਾਜ਼ਮਾਂ ਨਾਲ ਇਹ ਵਿਹਾਰ ਕਰ ਰਿਹਾ ਹੈ। ਅਤੇ ਹੁਣ ਵੀ ਸਾਡੇ ਨਾਲ ਇਹਨੇ ਇੰਨੀਆਂ ਮੀਟਿੰਗਾਂ ਪੈਨਸ਼ਨਰਾਂ ਨਾਲ ਅਤੇ ਮੁਲਾਜ਼ਮਾਂ ਨਾਲ ਕਰਕੇ ਆ, ਮੌਕੇ 'ਤੇ ਦਿਨ ਦੇ ਦਿਨ ਤੱਕ ਕਹੀ ਗਿਆ ਵੀ ਅੱਜ ਹੀ ਤੁਹਾਡਾ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਅਤੇ ਬਾਹਰ ਲੈਟਰ ਕੱਢ ਦਿਓ। ਸਾਰੇ ਡਰਾਮੇ ਕਰਕੇ ਜਿਹੜੇ IS ਅਫਸਰ ਨਾਲ ਲਾਏ ਆ ਉਹਨਾਂ ਨੂੰ ਹੁਕਮ ਦੇ ਦਿੰਦਾ ਸੀ ਸਾਹਮਣੇ, ਅਤੇ ਮਗਰੋਂ ਨਾਲ ਦੀ ਨਾਲ ਕਹਿੰਦਾ ਕਰਨਾ ਕਰਾਉਣਾ ਕੁਛ ਵੀ ਨਹੀਂ ਗਾ। ਸਭ ਤੋਂ ਲਾਰੇਬਾਜ਼, ਸਭ ਤੋਂ ਝੂਠਾ, ਸਭ ਤੋਂ ਨਿਕੰਮਾ ਮੁੱਖ ਮੰਤਰੀ। ਮੈਂ ਆਪਣੀ ਜ਼ਿੰਦਗੀ 'ਚ 42 ਸਾਲ ਨੌਕਰੀ ਕੀਤੀ ਹੈ ਲੋਕ ਸੰਪਰਕ ਵਿਭਾਗ 'ਚ, ਪਰ ਮੈਂ ਪਹਿਲਾ ਮੁੱਖ ਮੰਤਰੀ ਵੇਖਿਆ ਜਿਹੜਾ ਕਿ ਸਭ ਤੋਂ ਨਿਕੰਮਾ ਸਾਬਤ ਤੋਂ ਹੈ, ਜਿਹਨੂੰ ਬੋਲਣ ਦਾ ਹੀ ਨਹੀਂ ਪਤਾ, ਜਿਹਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਨਹੀਂ ਪਤਾ। ਆਪ ਤੋਂ ਸੀਨੀਅਰ ਜਿਹੜੇ ਵੱਡੇ ਲੀਡਰ ਹੈ ਉਹਨਾਂ ਨਾਲ ਵੀ ਦੁਰਵਿਹਾਰ ਵਾਂਗੂ ਬੁਰੀ ਤਰ੍ਹਾਂ ਮਾੜਾ। ਉਹ ਕਹਿੰਦੇ ਨੇ ਕਿ ਪ੍ਰਤਾਪ ਬਾਜਵਾ ਸਾਨੂੰ ਕਹਿੰਦੇ ਆ ਕਿਹੋ ਜਿਹਾ ਮਟੀਰੀਅਲ ਆ ਗਿਆ, ਇਹ ਸਾਨੂੰ ਨੀਵਾਂ ਸਮਝਦੇ ਆ, ਤਾਂ ਕਰਕੇ ਅਸੀਂ ਇਹ ਜਵਾਬ ਦਿੰਦੇ ਹਾਂ। ਹੈਗੇ ਹੀ ਨੀਵੇਂ ਆ ਤੁਸੀਂ, ਕੱਲ੍ਹ ਦੇ ਜਵਾਕ ਉੱਠ ਕੇ ਮੱਤਾਂ ਦਿੰਦੇ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਉਮਰ ਲੰਘਾ ਲਈ। ਬਾਜਵੇ ਨੂੰ ਕੀ ਸਮਝਦੇ ਇਹ? ਬਾਜਵਾ ਮੁੱਖ ਮੰਤਰੀ ਦਾ ਅਹੁਦੇਦਾਰ ਸੀ, ਵਿਰੋਧੀ ਧਿਰ ਦਾ ਨੇਤਾ, ਉਹ ਉਂਗਲਾਂ ਕਰਕੇ
ਉਹਨਾਂ ਨੂੰ ਕਹਿੰਦੇ ਅੱਖਾਂ 'ਚ ਅੱਖਾਂ ਪਾਓ, ਲੋਕ ਲਜਾਣਾ ਇਹ ਮੁੱਖ ਮੰਤਰੀ ਦਾ ਕੰਮ ਹੈ, ਲੋਕ ਲੈ ਕੇ ਜਾਣਾ ਉੱਥੇ ਵਿਧਾਨ ਸਭਾ ਲੋਕ ਲਾਓ ਜੀ ਤੁਸੀਂ, ਤੂੰ ਕਰਕੇ ਬੋਲਣਾ ਇਹ ਮੁੱਖ ਮੰਤਰੀ ਦਾ ਕੰਮ ਹੈ, ਤੂੰ ਤਾਂ ਇੱਕ ਗਜ਼ਟਡ ਅਫਸਰ ਆਪਦੇ ਚਪੜਾਸੀ ਨੂੰ ਨਹੀਂ ਕਹਿ ਕੇ ਬੋਲ ਸਕਦਾ, ਉਹ ਵੀ ਇਹ ਕਹੂਗਾ ਸੇਵਾਦਾਰ ਸਾਹਿਬ। ਬਾਦਲ ਸਾਹਿਬ ਜਿੰਨਾ ਚਿਰ ਮੁੱਖ ਮੰਤਰੀ ਰਿਹਾ, 5 ਵਾਰ ਮੁੱਖ ਮੰਤਰੀ ਬਣਿਆ, ਮੈਂ 5 ਵਾਰ ਨਾਲ ਡਿਊਟੀ ਕੀਤੀ ਹੈ, ਉਹ ਵਿਰੋਧੀ ਧਿਰ ਨੂੰ ਤਾਂ ਕੀ ਉਹ ਇੱਕ ਛੋਟੇ ਅਫਸਰ ਨੂੰ ਇਹ ਕਹਿ ਕੇ SDO ਸਾਹਿਬ, ਓਵਰਸੀਅਰ ਸਾਹਿਬ, ਹੈਡ ਮਾਸਟਰ ਸਾਹਿਬ, ਪ੍ਰਿੰਸੀਪਲ ਸਾਹਿਬ, ਲੈਕਚਰਾਰ ਸਾਹਿਬ, ਥਾਣੇਦਾਰ ਸਾਹਿਬ, ਡਿਪਟੀ ਸਾਹਿਬ, SSP, SDM ਸਾਹਿਬ, ਲੱਗਦਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਦੇ ਕਦਮਾਂ 'ਤੇ ਚੱਲ, ਉਹਨਾਂ ਦੀ ਰੀਸ ਨਹੀਂ ਕਰ ਸਕਦਾ, ਬੋਰਡ ਵਾਲੀ ਥਾਂ ਬੋਰਡ ਨਹੀਂ ਲੱਗ ਸਕਦਾ, ਸੁਖਬੀਰ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਪਹੁੰਚ ਗਿਆ, ਕਿਉਂਕਿ ਉਹ ਤਾਂ ਇੱਕ ਵਿਰੋਧੀ ਬੰਦੇ ਨੂੰ ਜਦੋਂ ਦੂਰੋਂ ਵੇਖ ਲੈਂਦੇ ਸੀ ਉਹਨੂੰ ਕਹਿੰਦੇ ਉਹ ਫਲਾਣਾ ਸੀ, ਆਹ ਵੀ ਤੇਰਾ ਕੰਮ ਪਹਿਲਾਂ ਕਰਨਾ, IAS ਅਫਸਰ ਨੂੰ ਇਹ ਕਹਿੰਦੇ ਹੁੰਦੇ ਸੀ ਇਹਦਾ ਕੰਮ ਪਹਿਲਾਂ ਕਰਨਾ, ਇਹਨੇ ਆਪਾਂ ਨੂੰ ਵੋਟ ਨਹੀਂ ਪਾਈ ਬੰਦੇ ਨੇ, ਅਗਲੀ ਵਾਰ ਵੋਟ ਇਹਨਾਂ ਤੋਂ ਲੈਣੀ ਆਪਾਂ, ਇਹ ਕਹਿ ਕੇ ਨਾ ਜੋੜ ਲੈਂਦੇ ਸੀ। ਇਹ ਸਰੋਪੇ ਪਾਉਣ ਘਰੇ ਜਾਂਦੇ ਆ, ਉਹਦੇ ਕੋਲ ਮੁੱਖ ਮੰਤਰੀ ਕੋਲ ਸਰੋਪੇ ਪਾਉਣ ਲੋਕ ਘਰੇ ਜਾਂਦੇ ਸੀ, ਵਿਰੋਧੀ ਧਿਰ ਘਰੇ ਜਾਂਦੇ ਸੀ ਮੈਂ ਤੁਹਾਡੇ ਨਾਲ ਰਲਣਾ, ਇਹ ਘਰੇ ਮਿੰਨਤਾਂ ਕਰਨ ਜਾਂਦੇ ਤੁਰੇ ਫਿਰਦੇ ਆ ਸੁਖਬੀਰ ਹੋਣੀ ਵੀ ਆਓ ਸਾਡੇ ਨਾਲ ਰਲੋ, ਅਤੇ ਆਪੇ ਰਲੇ ਆ ਕੇ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਵੇਖਦੇ ਹੋ? ਵਿਰੋਧੀਆਂ ਨੇ ਬੜਾ ਰੌਲਾ ਪਾਇਆ ਕਿ ਉੱਥੇ ਹੁਣ ਜਾ ਕੇ ਧਰਨੇ ਦੇਈ ਜਾਂਦੇ ਸਾਡੇ ਮੰਤਰੀ, ਵੀ ਪੰਜਾਬ ਦੇ ਲੋਕਾਂ ਦੇ ਕੰਮ ਮੁੱਕ ਗਏ, ਤੁਸੀਂ ਲੀਡਰ ਬਚਾਉਣ ਲੱਗੇ ਹੋਏ। ਨਹੀਂ ਜੀ, ਉਹ ਤਾਂ ਵਧੀਆ ਕੀਤਾ ਕਿਉਂਕਿ ਉਹ ਗ੍ਰਿਫਤਾਰ ਕਰਨਾ ਬਣਦਾ ਸੀ, ਕਿਉਂਕਿ ਉਹਨੇ ਬਹੁਤ ਵੱਡੇ ਘਪਲੇ ਕੀਤੇ ਆ ਸ਼ਰਾਬ ਘੁਟਾਲੇ ਦੇ ਵਿੱਚ। ਜਦੋਂ ਤਾਂ ਕਾਂਗਰਸੀਆਂ ਦੇ ਅਤੇ ਅਕਾਲੀਆਂ ਦੇ ਲੀਡਰ ਨੂੰ ਫੜਦੇ ਸੀ ਉਦੋਂ ਤਾਂ ਇਹ ਬਹੁਤ ਵੱਡੇ ਵੱਡੇ ਕਮੈਂਟ ਕਰਦੇ ਸੀਗੇ ਆਮ ਪਾਰਟੀ ਵਾਲੇ, ਜਿਹੜਾ ਕਹਿੰਦੇ ਕਿ ਜਦੋਂ ਤੁਹਾਡੀ ਵਿਜੀਲੈਂਸ ਕਰੇ ਉਦੋਂ ਠੀਕ ਆ, ਜੇ ED ਕਰਦੀ ਹੈ ਤਾਂ ਧੱਕਾ ਹੋ ਗਿਆ। ਹਾਂ, ਹੁਣ ਇਹਨਾਂ ਨਾਲ ਧੱਕਾ ਹੋਇਆ, ਜਦੋਂ ਉਹਨਾਂ ਨੂੰ ਫੜਿਆ ਸੀ ਉਦੋਂ ਉਹਨਾਂ ਨਾਲ ਧੱਕਾ ਨਹੀਂ ਸੀ, ਅਤੇ ਹੁਣ ਇਹਨਾਂ ਨਾਲ ਧੱਕਾ ਹੋ ਗਿਆ, ਉਹ ਤਾਂ ਬਾਹਰ ਆਉਣਾ ਹੀ ਨੀਗਾ, ਅਤੇ ਹੁਣ ਵਾਰੀ ਮੁੱਖ ਮੰਤਰੀ ਦੀ ਵੀ ਹੈ। ਹਾਂ, ਕਹਿੰਦੇ ਸਾਡੇ ਨਾਲ ਸਿਆਸੀ ਇਹ ਬਦਲਾਖੋਰੀ ਹੋ ਰਹੀ ਆ, ਸਾਡੇ ਦਫ਼ਤਰ ਸੀਲ ਹੋ ਗਏ, ਸਾਨੂੰ ਚੋਣਾਂ ਨਹੀਂ ਲੜਨ ਦੇਣਾ ਚਾਹੁੰਦੇ ਮੋਦੀ ਸਾਹਿਬ। ਦੇਖੋ ਜੀ, ਦੋ ਗੱਲਾਂ ਨੋਟ ਕਰਨ ਵਾਲੀਆਂ, ਵੀ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਅਹੁਦੇ ਦਾ, ਬਹੁਤ ਵੱਡਾ ਮੁੱਖ ਮੰਤਰੀ ਦਾ ਅਹੁਦਾ ਹੁੰਦਾ, ਪੰਜਾਬ ਦਾ ਮਾਲਕ ਹੁੰਦਾ, ਉਹਨੂੰ ED ਨੇ ਗ੍ਰਿਫਤਾਰ ਕਰ ਲੈਣਾ, ਫਿਰ ਉਹਨੂੰ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ, ਫਿਰ ਉੱਥੇ ਡਰਾਮੇ ਕਰ ਕਰਕੇ ਬੈਂਸ ਅਰਗੇ ਅਤੇ ਮੁੱਖ ਮੰਤਰੀ ਅਰਗੇ ਮੁੜੇ ਆਏ। ਕਹਿੰਦੇ ਹੁਣ ਸਰਕਾਰ ਜੇਲ੍ਹ ਦੇ ਅੰਦਰੋਂ ਸਰਕਾਰ ਚਲਾਊਂਗਾ, ਮੈਂ ਇਤਿਹਾਸ ਰਚੂੰਗਾ ਕੇਜਰੀਵਾਲ ਕਹਿੰਦੇ। ਇੱਕ ਕਰਮਚਾਰੀ ਕਲਰਕ ਵਿਜੀਲੈਂਸ ਫੜ ਲੈਂਦੀ ਹੈ 5,000-2,000 ਰਿਸ਼ਵਤ ਲੈਂਦਾ, ਅਤੇ ਉਹਨੂੰ ਨੌਕਰੀ ਤੋਂ ਲਾ ਕੇ ਸਸਪੈਂਡ ਕਰਨ ਦੇ, 5-5 ਸਾਲ ਡਿਊਟੀ ਨਹੀਂ ਚੜਾਉਂਦੇ, ਉਹ ਡਿਊਟੀ ਨਹੀਂ ਕਰ ਸਕਦੇ ਜੇ ਮੁੱਖ ਮੰਤਰੀ ਇਹ ਕਿਵੇਂ ਉੱਥੋਂ ਚਲਾਊਗਾ ਵੀ, ਆਪਦੀ ਸਰਕਾਰ ਚਲਾ ਹੀ ਨਹੀਂ ਸਕਦਾ। ਇਹ ਕਿਤੇ ਇਹਨਾਂ ਲਈ ਕਾਨੂੰਨ ਵੱਖਰਾ ਬਣਿਆ ਹੋਇਆ ਵੀ ਇਹ ਸਰਕਾਰ ਚਲਾ ਲੈਣ, ਇਹਨੂੰ ਸਸਪੈਂਡ ਕਰਕੇ ਪਰੇ ਮਾਰ ਨਵਾਂ ਮੁੱਖ ਮੰਤਰੀ ਲਾ ਦੇਣ, ਉੱਥੇ ਘੱਟ ਹੈ 20 ਕੇਜਰੀਵਾਲ ਬੈਠੇ ਆ ਦਿੱਲੀ 'ਚ, ਹੋਰ ਲਾ ਦੇਣ ਕਿਸੇ ਨੂੰ, ਪੰਜਾਬ ਦਾ ਲਾ ਦੇਣ ਕੋਈ। ਚੱਜ ਕੇਜਰੀਵਾਲ ਦੀ ਘਰਵਾਲੀ ਦਾ ਨਾਮ ਵੀ ਆ ਵੀ ਉਹ ਪੈਸਾ, ਉਹ ਕੀ ਕਰੂਗੀ, ਉਹਦੇ ਘਰਵਾਲੀ ਆ, ਉਹ ਸਾਰਾ ਕੁਝ ਖਾਣ ਪੈਸੇ ਉਹ ਖਾਣ ਨਹੀਂ ਜਾਣਦੀ, ਉਹ ਵੀ ਅਫਸਰੀ IAS ਅਫਸਰ ਹੀ ਟਾਇਰ ਹੋਈ ਹੈ। ਉਹ ਕੁਛ ਉਹਨੇ ਕਰਨਾ, ਇਹ ਸਾਰੇ ਇੱਕੋ ਹੀ ਹੈ। ਉਹ ਯਾਰ ਪਤਾ ਕੀ ਆ, ਤੈਨੂੰ ਰਹਿਣ ਜੇ ਪਾਸੇ, ਮੈਂ ਦੂਜੇ ਨੂੰ ਗੱਲਾਂ ਦੱਸਦੇ ਆਪ ਦੱਸੋ ਨਾ। ਓਏ ਮੈਂ ਐਵੇਂ ਗਾਲਾਂ ਗੂਲਾਂ ਕੱਟ ਦੂੰਗਾ, ਪੈ ਗਾਲਾਂ ਕੱਟੀਆਂ ਜਾਣਗੇ, ਕਿਹੜਾ ਸਿੱਧਾ ਨਹੀਂ ਚੱਲਦਾ, ਰਹਿਣ ਹੀ ਦੇ। ਸਭ ਵਧੀਆ ਤੋਂ ਵਧੀਆ। ਹਾਂ, ਤਾਂ ਇਹ ਸੀ ਜਦੋਂ ਨਵੇਂ ਬਣੇ ਸੀ ਨਾ, ਇਹ ਤਾਂ ਨਵੇਂ ਉਹਨਾਂ ਨੇ ਵਿਆਹ ਕਰਾਉਣ ਵਾਸਤੇ ਬਣੇ ਸੀਗੇ,
ਕਿ ਉਹਨਾਂ ਦੀਆਂ ਸ਼ਾਦੀਆਂ ਸਾਰਿਆਂ ਨੇ ਕਰਵਾ ਲਈਆਂ, ਜਿਹਨਾਂ ਦੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਹੁੰਦੀਆਂ ਸੀ, ਬਾਕੀ ਜਿਹੜੇ ਹੋਰ ਸੀਗੇ ਉਹਨਾਂ ਦੀਆਂ ਘਰੋਂ ਭੱਜ ਗਈਆਂ ਉਦੋਂ ਦੇ ਬਾਅਦ ਜਦੋਂ ਦੀ ਸਰਕਾਰ ਬਣੀ। ਇੰਨਾ ਕੁਛ ਕਰ ਸਾਡੇ ਮੰਤਰੀ ਨੌਜਵਾਨ ਸੀ, ਵਿਆਹ ਹੋਣੀ ਸੀ ਉਹਨਾਂ ਉਹ ਜਿਵੇਂ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਬਹੁਤ ਵਧੀਆ ਲਿਆਂਦਾ, ਆਪਾਂ ਵੇਖ ਰਹੇ ਹਾਂ ਬਦਲਾਅ ਤਾਂ ਬਹੁਤ ਹੀ ਵਧੀਆ ਲੈ ਕੇ ਆਉਣਾ ਵੀ ਇੰਨਾ ਵੀ ਆਪ ਸਾਰਿਆਂ ਨੇ ਵਿਆਹ ਕਰਵਾ ਲਿਆ ਸ਼ਾਦੀਆਂ, ਅਤੇ ਦੂਜਿਆਂ ਦੀਆਂ ਭੱਜਣੀਆਂ ਸ਼ੁਰੂ ਹੋ ਗਈਆਂ ਨੇ। ਹਾਂਜੀ ਕੀ ਇਹਨਾਂ ਦੇ ਵੀ ਘਰ ਵਾਲੀ ਛੱਡ ਗਈ ਨਾ, ਅਤੇ ਇਹਨਾਂ ਨੂੰ ਇੱਕ ਵਿਆਹ ਕਰਾਉਣ ਦਾ ਸਰ ਮੰਗ ਰੱਖਣੀ ਸਰਕਾਰ ਤੋਂ? ਨਹੀਂ ਜੀ, ਅਸੀਂ ਹੱਥ ਜੋੜ ਕੇ ਆਉਣੇ ਵੀ ਜਿਹੜਾ ਅਸੀਂ ਕੁਛ ਵੇਖ ਲਿਆ ਅਸੀਂ ਦੁਬਾਰਾ ਨਹੀਂ ਕਰਵਾਉਂਦੇ। ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਤਾਂ ਨਹੀਂ ਦੁਬਾਰਾ ਕਰਾਉਂਦੇ, ਪਰ ਸਰਕਾਰ ਦੇ ਨਾਲ ਦੁਬਾਰਾ ਰਿਸ਼ਤਾ ਜੋੜਦੇ ਨੇ ਲੋਕ ਕਿ ਨਹੀਂ, ਇਹ ਦੇਖਣਾ ਹੋਵੇਗਾ ਲੋਕ ਸਭਾ ਚੋਣਾਂ ਦੇ ਨਤੀਜੇ ਕੀ ਰੰਗ ਲਿਆਉਂਦੇ ਨੇ, ਲੋਕ ਕਿਸ ਤਰੀਕੇ ਦੀ ਵੋਟਿੰਗ ਕਰਦੇ ਨੇ। ਤਾਂ ਅਸੀਂ ਵੱਖ ਵੱਖ ਪਿੰਡਾਂ 'ਚ ਵੱਖ ਵੱਖ ਹਲਕਿਆਂ 'ਚ ਜਾ ਕੇ ਤੁਹਾਡੇ ਤਾਂ ਹੀ ਜੋ ਲੋਕਾਂ ਦੇ ਵਿਚਾਰ ਨੇ, ਸੋਚ ਆ, ਉਹ ਪਹੁੰਚਾ ਰਹੇ ਹਾਂ, ਬਾਕੀ ਤਾਂ ਨਤੀਜੇ ਹੀ ਦੱਸਣਗੇ। ਕਮੈਂਟ ਸੈਕਸ਼ਨ 'ਚ ਤੁਸੀਂ ਵੀ ਵਿਚਾਰ ਰੱਖ ਸਕਦੇ ਹੋ, ਜੋ ਵੀ ਗੱਲਬਾਤ ਹੋਈ ਹੈ। ਪੰਜਾਬ ਅਨਕਟ ਦੇਖਦੇ ਰਹੋ, ਧੰਨਵਾਦ।